ਸੋ ਦੋਸਤੋ ਲੇਖ ਫਿਲਮ ਦੇ ਪ੍ਰੀਮੀਅਰ ਸ਼ੋਅ ਦੇ ਉੱਤੇ ਆਏ ਹੋਏ ਆ ਸਾਡੇ ਨਾਲ ਸਾਡੇ ਬਾਈ ਗੁਰਨਾਮ ਭੁੱਲਰ ਅਸੀਂ ਇਸ ਮੰਥ ਦੇ ਵਿੱਚ 2-3 ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਵਾਰ ਮਿਲ ਰਿਹਾ ਤੇ ਜਦੋਂ ਵੀ ਮਿਲਦੇ ਆ ਗੁਰਨਾਮ ਭੁੱਲਰ ਹੋਰ ਵੱਡਾ ਸਟਾਰ ਹੋ ਜਾਂਦਾ ਆ ਥੈਂਕ ਯੂ ਵੀਰੇ ਤੁਸੀਂ ਇਦਾਂ ਸੋਚਦੇ ਇਹ ਸੱਚਾਈ ਮੈਨੂੰ ਤਾਂ ਲੱਗਦਾ ਕਿ ਮੇਰੇ ਤੇ ਪ੍ਰੈਸ਼ਰ ਹੋਰ ਵੱਧ ਗਿਆ ਸੋ ਥੈਂਕ ਯੂ ਮੈਂ ਤਾਂ ਥੈਂਕਸ ਅੱਜ ਜਦੋਂ ਰਿਵਿਊ ਆਏ ਭਾਜੀ ਆਪਾਂ ਕਿਤੇ ਨੇ ਸਵੇਰੇ ਰਿਵਿਊ ਕਰਕੇ ਆ ਤਾਂ ਉਦੋਂ ਖੁਸ਼ੀ ਕਿੰਨੀ ਸੀ ਚਿਹਰੇ ਦੇ ਉੱਤੇ ਮੈਂ ਤੁਹਾਡੇ ਸਾਰਿਆਂ ਦੀਆਂ ਵੀਡੀਓਜ਼ ਦੇਖ ਲੈਣਾ ਤੁਸੀਂ ਤੁਹਾਨੂੰ ਤੁਹਾਡਾ ਮੈਂ ਪੱਕਾ ਵਿਊਅਰ ਆ ਸਾਰਿਆਂ ਦਾ ਥੈਂਕ ਯੂ ਸੋ ਮਚ ਤੁਸੀਂ ਜਿਹੜੇ ਰਿਵਿਊਜ਼ ਪਾਉਣੇ ਆ ਮਾਰਨਿੰਗ ਹੀ ਸੋ ਨੰਬਰ ਆਏ ਉਹ ਬਹੁਤ ਵੱਡੀ ਗੱਲ ਆ ਜੀ ਮੈਨੂੰ ਲੱਗਦਾ ਇੰਡਸਟਰੀ ਦੀਆਂ ਚੁਣਿੰਦਾ ਫਿਲਮਾਂ ਦੀ ਕਲੈਕਸ਼ਨ ਆ ਸੋ ਵੈਰੀ ਹੈਪੀ ਸੋ ਲੋਕਾਂ ਨੇ ਕਿਹਾ ਕਿ ਬਹੁਤ ਖੂਬਸੂਰਤ ਫਿਲਮ ਆ ਲੇਕਿਨ ਖੂਬਸੂਰਤ ਫਿਲਮਾਂ ਦੇ ਨਾਲ ਨਾਲ ਜਿਹੜੇ ਜਾਨੀ ਤੇ ਬੀ ਪ੍ਰਾਗ ਔਰ ਅਫਸਾਨਾ ਖਾਨ ਜੋ ਕਿ ਫਿਲਮ ਦਾ ਸ਼ਿੰਗਾਰ ਬਣੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਜੀ ਉਹਨਾਂ ਬਣਾ ਫਿਲਮ ਅਧੂਰੀ ਆ ਜੀ ਜਾਨੀ ਬਣਾ ਤਾਂ ਅਧੂਰੀ ਆ ਜਾਨੀ ਬੀ ਪੈ ਭਾਈ ਉਹ ਜੰਨਾ ਕ੍ਰੈਡਿਟ ਮੇਰਾ ਜੱਗੀ ਬਾਈ ਦਾ ਮਰਵੀਰ ਵੀ ਦੇ ਦਾ ਉਹਨਾਂ ਹੀ ਜਾਨੀ ਦਾ ਜੀ ਮਤਲਬ ਹੀ ਉਹ ਸਾਡਾ ਬਰਾਬਰ ਇੱਕ ਮੋਢਾ ਹੈ ਫਿਲਮ ਦਾ ਜੀ ਪਿੱਲਰ ਆ ਜਾਨੀ ਜਾਨੀ ਬਣਾ ਫਿਲਮ ਅਧੂਰੀ ਆ ਅਧੂਰੀ ਰਹੂਗੀ ਜੀ ਤੇ ਤੁਸੀਂ ਬਹੁਤ ਸੋਹਣੀ ਫਿਲਮ ਵੀ ਬਣਾਈ ਤੇ ਬਹੁਤ ਵਧੀਆ ਤਰੀਕੇ ਨਾਲ ਬਣੀ ਬਣਾਈ ਔਰ ਪ੍ਰਮੋਟ ਵੀ ਬੜੇ ਵਧੀਆ ਤਰੀਕੇ ਨਾਲ ਕਰੀ ਤੁਸੀਂ ਆਪਣੇ ਕੰਮ ਨੂੰ ਬਹੁਤ ਇਮਾਨਦਾਰੀ ਨਾਲ ਨਿਭਾਇਆ ਇਹ ਸਾਰੇ ਸਫ਼ਰ ਦੇ ਵਿੱਚ ਕੋਈ ਇਦਾਂ ਦੀ ਯਾਦ ਜਿਹੜੀ ਬਹੁਤ ਸੋਹਣੀ ਲੱਗੀ ਹੋਵੇ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਅਸੀਂ ਕਾਲਜਿਸ ਚ ਬਹੁਤ ਵਿਜ਼ਿਟ ਕੀਤਾ ਜੀ ਇਸ ਵਾਰੀ ਕਿਉਂਕਿ ਯੂਥ ਦੀ ਫਿਲਮ ਸੀ ਤਾਂ ਅਸੀਂ ਯੂਥ ਨੂੰ ਬਹੁਤ ਮਿਲੇ ਤੇ ਅਸੀਂ ਬਹੁਤ ਅਮੇਜ਼ਡ ਹੁੰਦੇ ਸੀ ਸਾਰੇ ਕਈਆਂ ਨੂੰ ਅਸੀਂ ਕਹਿਣਾ ਵੀ ਟਿਕਟਾਂ ਐਡਵਾਂਸ ਬੁੱਕ ਕਰ ਲਓ ਤਾਂ ਫੋਨ ਚ ਦਿਖਾਉਂਦੇ ਸੀ ਕਿ ਕਰ ਲਈਆਂ ਉਦੋਂ ਬਹੁਤ ਖੁਸ਼ੀ ਹੁੰਦੀ ਸੀ ਕਿ ਯਾਰ ਸੋ ਹਰਜੀਤੇ ਵੇਲੇ ਐਮੀ ਵਿਰਕ ਬਾਈ ਦੱਸਦੇ ਸੀਗੇ ਕਿ ਜਦੋਂ ਉਹਨਾਂ ਨੂੰ ਦੇਖਿਆ ਉਹਨਾਂ ਦੀ ਮੰਮਾ ਨੇ ਤਾਂ ਉਹ ਰੋਣ ਲੱਗ ਗਏ ਸੀਗੇ ਤੁਹਾਡੇ ਘਰੇ ਵੀ ਕੁਝ ਇਦਾਂ ਦਾ ਹੋਇਆ ਮੰਮੀ ਹੁੰਦੇ ਨੇ ਡੈਡੀ ਹੁੰਦੇ ਨੇ ਜਾਂ ਘਰੇ ਹੋਰ ਵੀ ਮੈਂਬਰ ਨੇ ਉਹਨਾਂ ਨੂੰ ਦੇਖ ਕੇ ਇਮੋਸ਼ਨਲ ਹੋ ਗਏ ਹੋਣੇ ਤਾਂ ਤੁਹਾਡੇ ਨਾਲ ਵੀ ਕੁਝ ਹੋਇਆ ਜੀ ਨਹੀਂ ਮੇਰੇ ਘਰ ਦੇ ਨਾ ਜੀ ਬਹੁਤ ਪ੍ਰੋਫੈਸ਼ਨਲ ਹੋ ਚੁੱਕੇ ਆ ਕੀ ਬਾਤ ਕਿਉਂਕਿ ਮੈਂ ਬਚਪਨ ਤੋਂ ਇਹੀ ਕੰਮ ਕਰ ਰਿਹਾ ਸੋ ਦੇ ਆਰ ਵੈਲ ਪ੍ਰੀਪੇਅਰਡ ਫੋਰ ਕਿ ਮੈਂ ਕੀ ਡਾਈਟ ਕਰਦਾ ਮੈਂ ਪਤਲਾ ਹੋ ਰਿਹਾ ਮੈਂ ਮੋਟਾ ਹੋ ਰਿਹਾ ਸੋ ਉਹ ਮੇਰੇ ਤੋਂ ਜ਼ਿਆਦਾ ਉਹ ਧਿਆਨ ਰੱਖਦੇ ਇਹਨਾਂ ਚੀਜ਼ਾਂ ਦਾ ਜੀ ਰੋਏ ਤਾਂ ਨਹੀਂ ਖੈਰ ਪਰ ਉਹਨਾਂ ਨੇ ਕਿਹਾ ਕਿ ਹਾਂ ਤੂੰ ਵਧੀਆ ਕਰ ਲਿਆ ਗੁੱਡ ਤੂੰ ਲੱਗ ਰਿਹਾ ਹੋ ਮੰਮਾ ਨੇ ਕਿਹਾ ਕਿ ਤੂੰ 10th ਵਾਲਾ ਲੱਗਦਾ ਜਦੋਂ ਮੈਂ ਕੀ ਬਾਤ ਹੈ ਜੀ ਮਤਲਬ ਕੰਪਲੀਮੈਂਟ ਮਿਲੇ ਜੀ ਜੀ ਸੋ ਆਜਾ ਮੈਕਸੀਕੋ ਚੱਲੀਏ ਫਿਲਮ ਦੇ ਵਿੱਚ ਆਪਾਂ ਲੇਖ ਦਾ ਟੀਜ਼ਰ ਦੇਖਿਆ ਸੀਗਾ ਅੱਜ ਆਪਾਂ ਸੌਂਕਣ ਸੌਂਕਣ ਦਾ ਦੇਖਾਂਗੇ ਸੋ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਉਹ ਕੰਮ ਹੋ ਗਿਆ ਜੀ ਅੰਮੀ ਬਾਈ ਨਾਲ ਇਹ ਕਰਨਾ ਪੈਣਾ ਜੀ ਔਰ ਇਹ ਸਭ ਤੋਂ ਬਲੈਸਡ ਗੱਲ ਇਹੀ ਹੈ ਸਾਡੀ ਇੰਡਸਟਰੀ ਆਏ ਹੋਏ ਪੰਜਾਬੀ ਇੰਡਸਟਰੀ ਕਿਤੇ ਦੀ ਕਿਤੇ ਪਹੁੰਚ ਜੂਗੀ ਇਹ ਹੋਣਾ ਚਾਹੀਦਾ ਸਾਰੀਆਂ ਫਿਲਮਾਂ ਇੱਕ ਦੂਜੇ ਨੂੰ ਸਪੋਰਟ ਕਰਨ ਦਿਸ ਇਜ਼ ਵੈਰੀ ਇੰਪੋਰਟੈਂਟ ਫਾਰ ਦ ਇੰਡਸਟਰੀ ਇਹ ਸਾਰਿਆਂ ਨੂੰ ਕਰਨਾ ਚਾਹੀਦਾ ਚਲੋ ਮੈਂ ਤੇ ਅੰਮੀ ਵੀਰਾ ਤਾਂ ਅਸੀਂ ਕਿਉਂਕਿ ਅਸੀਂ ਬਹੁਤ ਜੁੜੇ ਹੋਏ ਆ ਇੱਕ ਦੂਜੇ ਨਾਲ ਜਗਦੀਪ ਵੀਰਾ ਸਾਡੀ ਕੈਸੀ ਕੜੀ ਆ ਜਿਹੜਾ ਸਾਰਿਆਂ ਨੂੰ ਇਕੱਠਾ ਕਰਕੇ ਰੱਖਦਾ ਪਰ ਇਹ ਸਾਰੇ ਹੀ ਕਰ ਲੈਣ ਤਾਂ ਕਿੰਨੀ ਵਧੀਆ ਗੱਲ ਆ ਜੀ ਥੈਂਕ ਯੂ ਸੋ ਮਚ ਜੀ ਬਹੁਤ ਚੰਗਾ ਲੱਗਿਆ ਤੁਹਾਡੀ ਆਉਣ ਵਾਲੀ ਫਿਲਮਾਂ ਲਈ ਇਸ ਫਿਲਮ ਲਈ ਸ਼ੁਭਕਾਮਨਾਵਾਂ ਜਿਹੜਾ ਤੁਹਾਡੇ ਵੱਲੋਂ ਸਾਨੂੰ ਪਿਆਰ ਮਿਲਿਆ ਉਹਦੇ ਅਸੀਂ ਹਮੇਸ਼ਾ ਰਹਿਣੀ ਰਹਾਂਗੇ ਵੀਰੇ ਥੈਂਕ ਯੂ ਤੁਸੀਂ ਸਾਰੇ ਮੀਡੀਆ ਨੇ ਯਾਰ ਬਹੁਤ ਸਾਥ ਦਿੱਤਾ ਸਾਡਾ ਥੈਂਕ ਯੂ ਸੋ ਮਚ